ਕੈਨੇਡਾ ਦੇ ਵਿੱਚ ਇਸ ਵੇਲੇ ਬੈਕਲੌਗ ਦੀ ਗੱਲ ਕਰ ਲਈਏ ਯਾਨੀ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲੌਗ ਦੀ ਗੱਲ ਕਰ ਲਈਏ ਤਾਂ 2.4 ਮਿਲੀਅਨ ਇਹ ਬੈਕਲੌਗ ਹੋ ਰੱਖਿਆ ਹੈ ਇਸ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਕਿਤਾ ਅਧਿਕਾਰੀ बार-बार ਤਬਦੀਲ ਹੋਣਾ ਇੱਕ ਜਿਹੜੇ ਅ ਅਸੈਂਸ਼ੀਅਲ ਕੰਮੇ ਸੀਗੇ ਉਹ ਕਾਫੀ ਹੱਦ ਤੱਕ ਨਾ ਮਿਲਣਾ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ IR2 PR ਸਿਟੀਜ਼ਨਸ਼ਿਪ ਸਾਰੀਆਂ ਅਰਜ਼ੀਆਂ ਜਿਹੜੀਆਂ ਨੇ ਇਸ ਵੇਲੇ ਪੈਂਡਿੰਗ ਨੇ ਕਤਾਰ ਦੇ ਵਿੱਚ ਨੇ ਕਈ ਸਾਲਾਂ ਤੋਂ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਅਰਜ਼ੀਆਂ ਪਈਆਂ ਹੋਈਆਂ ਨੇ ਉਹ ਬਕਾਇਦਾ ਫੋਨ ਕਰਦੇ ਨੇ ਹੈਲਪਲਾਈਨ ਦੇ ਉੱਤੇ ਜਿਨ੍ਹਾਂ ਨੂੰ ਕਦੀ ਵੀ ਕੋਈ ਵਾਜਿਬ ਜਵਾਬ ਨਹੀਂ ਮਿਲ ਰਿਹਾ ਲੋਕਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਤਣਾਅ ਇਸ ਨਾਲ ਪੈਦਾ ਹੋ ਰਿਹਾ ਹੈ ਕੁਝ ਲੋਕਾਂ ਨੇ ਰਿਪੋਰਟ ਕੀਤੀ ਪਾਕਿਸਤਾਨ ਤੋਂ ਕੁਝ ਨੇ ਭਾਰਤ ਤੋਂ ਕਿ ਜਿਨ੍ਹਾਂ ਨੇ ਅਰਜ਼ੀਆਂ ਲਗਾਈਆਂ ਹੋਈਆਂ ਨੇ ਉਹਨਾਂ ਦੀ ਐਪਲੀਕੇਸ਼ਨ ਸੰਬੰਧੀ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਔਰ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਇਸ ਵੇਲੇ दांव ਤੇ ਲਗਾਇਆ ਹੋਇਆ ਕੈਨੇਡਾ ਆਉਣ ਦੇ ਲਈ ਅਜਿਹੇ ਦੇ ਵਿੱਚ आईआरसीसी अधिकारियों ਦਾ ਇਹ ਕਹਿਣਾ ਹੈ ਕਿ ਇਹ ਬੈਕਲੌਗ ਚਿੰਤਾ ਦਾ ਕਾਰਨ ਹੈ ਪਰ ਇਸ ਨੂੰ ਜਲਦੀ ਪੂਰ ਲਿਆ ਜਾਏਗਾ ਪਰ ਇਸ ਵਿੱਚ ਸਮਾਂ ਜ਼ਰੂਰ ਲੱਗੇਗਾ ਹਾਲਾਂਕਿ ਕਈ ਵਕੀਲ ਅਜਿਹੇ ਨੇ ਜਿਨ੍ਹਾਂ ਦਾ ਇਹ ਕਹਿਣਾ ਕਿ ਉਹਨਾਂ ਨੇ ਆਪਣੇ 16 ਸਾਲਾਂ ਦੇ ਕੈਰੀਅਰ ਦੇ ਵਿੱਚ ਅਜਿਹਾ ਬੈਕਲੌਗ ਕਦੀ ਨਹੀਂ ਦੇਖਿਆ ਕੈਨੇਡਾ ਵਿੱਚ ਇਮੀਗ੍ਰੇਸ਼ਨ ਬੈਕਲੋਗ 2.4 ਮਿਲੀਅਨ ਲੋਕਾਂ ਤੱਕ ਪਹੁੰਚ ਗਿਆ ਹੈ 250000 ਤੋਂ ਵੱਧ ਅਰਜ਼ੀਆਂ ਨੇ ਇਕੱਲੇ 1 ਮਹੀਨੇ ਦੀ ਮਿਆਦ ਵਿੱਚ ਇਸ ਤੇ ਢੇਰ ਨੂੰ ਜੋੜਿਆ ਹੈ ਇਹ ਇਮੀਗ੍ਰੇਸ਼ਨ ਰਿਫਿਊਜ਼ੀ ਤੇ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਹੈ ਕਿ ਜਿਸ ਵਿੱਚ ਟੀਆਰ2ਪੀਆਰ ਤੇ ਸਿਟੀਜ਼ਨਸ਼ਿਪ ਅਰਜ਼ੀਆਂ ਨੇ ਇਮੀਗ੍ਰੇਸ਼ਨ ਵਕੀਲ ਨੇ ਕਿਹਾ ਹੈ ਕਿ ਮੈਂ ਆਪਣੇ 16 ਸਾਲਾਂ ਵਿੱਚ ਇਸ ਤਰ੍ਹਾਂ ਦੇ ਬੈਕਲੋਗ ਨਹੀਂ ਦੇਖੇ ਮਹਾਮਾਰੀ ਤੋਂ ਪਹਿਲਾਂ ਚੀਜ਼ਾਂ ਚੰਗੀ ਤਰ੍ਹਾਂ ਚੱਲ ਰਹੀਆਂ ਨੇ ਵਧੇ ਹੋਏ ਬੈਕਲੋਗ ਨੇ ਪਹਿਲਾਂ ਹੀ ਆਈ ਸੀਸੀ ਤੋਂ ਐਪਲੀਕੇਸ਼ਨ ਅਪਡੇਟ ਪ੍ਰਾਪਤ ਕਰਨ ਦੀ ਉਡੀਕ ਕਰਨ ਵਾਲਿਆਂ ਲਈ ਨਿਰਾਸ਼ਾ ਪੈਦਾ ਕੀਤੀ ਹੈ ਹਾਲ ਹੀ ਦਾ ਡਾਟਾ ਸਿਰਫ ਐਪਲੀਕੈਂਟ ਮੋਰੇ ਹੋਰ ਸਵਾਲ ਰੱਖ ਰਿਹਾ ਹੈ ਦੁਨੀਆ ਭਰ ਦੇ ਵਿੱਚ ਇਮੀਗਰੈਂਟਸ ਪਾਲਿਸੀਆਂ ਦੇ ਵਿੱਚ ਸੰਸਾਰ ਦੇ ਚਾਰੇ ਪਾਸੇ ਕੈਨੇਡਾ ਵਿੱਚ ਮਹਾਮਾਰੀ ਤੋਂ ਬਾਅਦ ਬੈਕਲੌਗ ਦੇ ਵਿੱਚ ਇੱਕ ਉਪਰੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਵਕੀਲ ਨੇ ਕਿਹਾ ਹੈ ਕਿ ਪ੍ਰੋਸੈਸਿੰਗ ਦੇ ਸਮੇਂ ਨੂੰ ਬਦਲਣਾ ਪਰਿਵਾਰਾਂ ਤੇ ਇਥੋ ਤਾਂ ਕੀ ਕਾਰੋਬਾਰਾਂ ਨੂੰ ਸਮੇਂ ਤੋਂ ਪਹਿਲਾਂ ਕੁਝ ਵੀ ਯੋਜਨਾ ਬਣਾਉਣ ਤੋਂ ਰੋਕ ਰਿਹਾ ਹੈ ਉਹਨਾਂ ਕਿਹਾ ਕਿ ਜੇ ਤੁਸੀਂ ਭਾਰਤ ਤੋਂ ਬਾਹਰ ਹੋਣ ਧਿਆਨ ਮਾਰੋ ਆਨਲਾਈਨ ਤਾਂ ਪ੍ਰੋਸੈਸਿੰਗ ਦੇ ਵਿੱਚ 1 ਸਾਲ ਦਾ ਸਮਾਂ ਦਿਖਾਈ ਦੇ ਰਿਹਾ ਹੈ ਸਮੱਸਿਆ ਦਾ ਇੱਕ ਹਿੱਸਾ ਜਿਸ ਦਾ ਉਹਨਾਂ ਧਿਆਨ ਦਿੱਤਾ ਉਹ ਇਹ ਹੈ ਕਿ IRCC ਨੂੰ ਅਫਗਾਨਿਸਤਾਨ ਦੇ ਪਤਨ ਤੇ ਫਿਰ ਮਹਾਮਾਰੀ ਤੋਂ ਇੱਕ ਵੱਡੇ ਪ੍ਰਭਾਵਤ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਦੱਸਿਆ ਕੋਵਿਡ-19 ਦੌਰਾਨ ਆਈਆਰਸੀਸੀ ਸਟਾਫ ਨੂੰ ਜ਼ਰੂਰੀ ਕੰਮੇ ਨਹੀਂ ਮੰਨਿਆ ਗਿਆ ਇਸ ਲਈ ਬੈਕਲੌਗ ਵਧਣ ਲੱਗੇ ਹੁਣ ਯੂਕਰੇਨ ਯੁੱਧ ਦੇ ਨਾਲ ਵਿਸ਼ਾਲ ਬੈਕਲੌਗ ਹੈ 17 ਮਾਰਚ ਤੋਂ 8 ਜੂਨ 2022 ਦੇ ਵਿਚਕਾਰ ਪ੍ਰੋਗਰਾਮ ਦੇ ਤਹਿਤ 296163 ਅਰਜ਼ੀਆਂ ਪ੍ਰਾਪਤ ਹੋਈਆਂ ਜ਼ਿਆਦਾਤਰ ਲੋਕਾਂ ਦੇ ਲਈ ਲੰਬੀ ਦੇਰੀ ਨੇ ਉਹਨਾਂ ਦੇ ਜੀਵਨ ਦੇ ਫੈਸਲਿਆਂ ਨੂੰ ਮੁਲਤਵੀ ਕਰ ਦਿੱਤਾ ਕਿਉਂਕਿ ਉਹ ਕਿਸੇ ਹੋਰ ਦੇਸ਼ ਦੇ ਵਿੱਚ ਉਡੀਕ ਕਰਦੇ ਰਹਿੰਦੇ ਨੇ ਕਈਆਂ ਨੇ ਪਾਕਿਸਤਾਨ ਤੋਂ 2020 ਦੇ ਵਿੱਚ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਰਾਹੀਂ ਸਥਾਈ ਨਿਵਾਸ ਦੇ ਲਈ ਅਰਜ਼ੀ ਦਿੱਤੀ ਸੀ ਤੇ ਇਹ ਅਪਡੇਟ ਪ੍ਰਾਪਤ ਕਰਨ ਦੀ ਉਡੀਕ ਕਰ ਰਿਹਾ ਸੀ ਉਹਨਾਂ ਕਹਿੰਦੇ ਕਿ ਉਸ ਨੂੰ ਨਹੀਂ ਪਤਾ ਕਿ ਉਸ ਨੂੰ ਆਪਣੀ ਪਤਨੀ ਨਾਲ ਕੈਨੇਡਾ ਵਿੱਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਤੱਕ ਕਿੰਨਾ ਸਮਾਂ ਇੰਤਜ਼ਾਰ ਕਰਨਾ ਪਏਗਾ ਉਹਨਾਂ ਕਹਿੰਦੇ ਕਿ ਪ੍ਰੋਸੈਸਿੰਗ ਦੇ ਵਿੱਚ ਇੰਨੀ ਦੇਰੀ ਹੋਣ ਦੇ ਨਾਲ ਸਾਡੀ ਜ਼ਿੰਦਗੀ ਰੁਕ ਗਈ ਹੈ ਨਾਲ ਹੀ ਕੰਨਾਂ ਨੇ ਕਿਹਾ ਸਬਮਿਸ਼ਨ ਦੇ ਸਮੇਂ ਅਨੁਮਾਨਤ ਪ੍ਰੋਸੈਸਿੰਗ ਸਮਾਂ 6 ਮਹੀਨੇ ਸੀ ਵਾਰ-ਵਾਰ ਈਮੇਲਾਂ ਦੇ ਬਾਵਜੂਦ ਉਹਨਾਂ ਦੀ ਅਰਜ਼ੀ ਦਾ ਜਵਾਬ ਨਹੀਂ ਦਿੱਤਾ ਜਾਂਦਾ ਜਿਸ ਤੇ ਕਈ ਲੋਕਾਂ ਨੇ ਕਿਹਾ ਹੈ ਕਿ IRCC ਹੈਲਪਲਾਈਨ ਕੈਨੇਡਾ ਤੋਂ ਬਾਹਰ ਦੇ ਲੋਕਾਂ ਦੀ ਕੋਈ ਮਦਦ ਨਹੀਂ ਕਰਦਾ ਕੁਝ ਧਾਰਿਆਂ ਨੇ IRCC ਨਾਲ ਸੰਪਰਕ ਕੀਤਾ ਜਿਸ ਤੇ IRCC ਦੇ ਸੰਚਾਰ ਅਧਿਕਾਰੀ ਜੈਫਰੀ ਮੈਕਡੋਨੈਲਡ ਨੇ ਕਿਹਾ ਹੈ ਕਿ ਸਿਹਤ ਤੇ ਯਾਤਰਾ ਪਾਬੰਦੀਆਂ ਲਾਗੂ ਹੋਣ ਦੇ ਦੌਰਾਨ ਐਪਲੀਕੇਸ਼ਨ ਚੀਜ਼ਾਂ ਦੇ ਵਿੱਚ ਵਾਧਾ ਹੋਇਆ ਹੈ ਤੇ ਇਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਸਮਾਂ ਲੱਗੇਗਾ 麦डोनेल्ड ਨੇ ਕਿਹਾ ਹੈ ਕਿ ਆਈਆਰਸੀਸੀ ਵਿਸ਼ਵ ਪੱਧਰ ਤੇ ਐਪਲੀਕੇਸ਼ਨ ਪ੍ਰੋਸੈਸਿੰਗ ਨੂੰ ਤੇਜ਼ ਕਰਨ ਦੇ ਵਿੱਚ ਮਦਦ ਕਰਨ ਲਈ ਇੱਕ ਵਧੇਰੇ ਆਧੁਨਿਕ ਕਰਨ ਤੇ ਧਿਆਨ ਕੇਂਦ੍ਰਿਤ ਵਾਤਾਵਰਣ ਵਾਲਾ ਵਾਧਰੇ ਨੇ ਸੰਚਾਰ ਤੇ ਪਰਦੋਸ਼ਤਾ ਦੀ ਘਾਟ ਕਾਰਨ ਨਿਰਾਸ਼ ਲੋਕਾਂ ਵਿੱਚ ਕਈ ਹੋਰ ਕੈਟਾਗਰੀਆਂ ਸ਼ਾਮਿਲ ਨੇ ਕਈ ਲੋਕ ਆਈਆਰਸੀਸੀ ਹੈਲਪਲਾਈਨ ਤੇ ਕਾਲ ਕਰਕੇ ਆਖ ਚੁੱਕੇ ਨੇ ਕਿਉਂਕਿ ਕੋਈ ਜਵਾਬ ਨਹੀਂ ਮਿਲਦਾ ਕੈਨੇਡਾ ਵਿੱਚ ਨਵੇਂ ਸਥਾਈ ਨਿਵਾਸੀਆਂ ਦੀ ਪ੍ਰੋਸੈਸਿੰਗ ਤੇ ਨਿਪਟਾਰੇ ਦੇ ਵਿੱਚ ਸਹਾਇਤਾ ਕਰਨ ਦੇ ਲਈ ਸਰਕਾਰ ਨੇ 5 ਸਾਲਾਂ ਵਿੱਚ 2.1 ਬਿਲੀਅਨ ਡਾਲਰ ਤੇ ਬਜਟ 2022 ਵਿੱਚ ਚਲਾਉਣੇਗੇ ਨਵੇਂ ਫੰਡਿੰਗ ਵਿੱਚ ਡਾਲਰ 317.6 ਮਿਲੀਅਨ ਦੀ ਵਚਨਬੱਧਤਾ ਕੀਤੀ ਹੈ। 2021 ਆਰਥਿਕ ਤੇ ਵਿੱਤੀ ਅਪਡੇਟ ਤੋਂ ਡਾਲਰ 85 ਮਿਲੀਅਨ ਦੀ ਵਾਧੂ ਫੰਡਿੰਗ ਦੇ ਨਾਲ IRCC ਨਵੇਂ ਪ੍ਰੋਸੈਸਿੰਗ ਸਟਾਫ ਦੀ ਭਰਤੀ ਐਪਲੀਕੇਸ਼ਨਾਂ ਨੂੰ ਡਿਜੀਟਲਾਈਜ਼ ਕਰਨ ਤੇ ਡਿਜੀਟਲ ਇਨਟੇਕ ਤੇ ਐਡਵਾਂਸ ਵਿਸ਼ਲੇਸ਼ਣ ਵਰਗੇ ਤਕਨੀਕੀ ਆਧਾਰਿਤ ਹੱਲਾਂ ਨੂੰ ਲਾਗੂ ਕਰਕੇ ਮਹਾਮਾਰੀ ਦੌਰਾਨ ਇਕੱਠੀਆਂ ਹੋਈਆਂ ਐਪਲੀਕੇਸ਼ਨ ਵਸਤੂਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ